ਚਾਚੂ ਜੀ ਮੁੱਕਿਆ ਨੀ ਇੱਥੇ ਕੰਮ? ਨਹੀਂ ਹਲੇ ਕੰਮ ਬਸ ਮੁੱਕ ਜਾਂਦਾ। ਮੁੱਕ ਜਾਂਦਾ, ਸਾਡੀ ਵਾਰੀ ਕਿੱਦਣ ਆਉਣੀ ਹੈ? ਤੁਹਾਡੀ ਵਾਰੀ ਵੀ ਆਈ ਜਾਂਦੀ ਹੈ ਬਸ। ਅਸੀਂ ਤਾਂ ਤੇ ਬਣਾ ਗਿਆ ਨਾ, ਇੱਕ ਫਰੇਮ ਉਹ ਰੈਡੀ ਹੋ ਗਿਆ ਪਲੇਟਾਂ ਵਾਸਤੇ ਇੱਕ ਆ ਲਾ। ਤੇ ਕਿੰਨੇ ਕੁ ਦਿਨਾਂ ਦਾ ਕੰਮ ਰਹਿ ਗਿਆ? ਚਾਚੂੜੀ ਜੇ ਨਾ ਕਹਿ ਰਹੀ ਹੈ ਦੋ ਕੁ ਦਿਨਾਂ ਦਾ ਕੰਮ ਹੈ ਇੱਥੇ ਤੇ ਬਣਾ ਦਾ, ਫੇਰ ਜਾਂ ਸਾਡੀ ਵਾਰੀ ਆਏਗੀ ਫੁੱਲਰ ਪਲੇਟਾਂ ਦੀ। ਸਭ ਨੂੰ ਅਸਲਾਮ ਵਾਲੇਕੁਮ, ਕੀ ਹਾਲ ਹੈ ਸੋਹਣਿਓ? ਜਿਨ੍ਹਾਂ ਬਜ਼ੁਰਗਾਂ ਨੂੰ ਸਤਾਇਆ ਉਹਨਾਂ ਸੌ ਕਦੇ ਨਹੀਂ ਪਾਇਆ। ਹਮਜ਼ਾ ਸਿੱਧੂ ਮੈਂਬਰਾਂ ਦੇ ਖੋਲ੍ਹ ਇੱਕ ਵਾਰੀ ਫੇਰ ਆਇਆ ਅਤੇ ਇੱਕ ਵਾਰੀ ਫੇਰ ਆਇਆ ਅਤੇ ਅੱਜ ਬਾਬਾ ਜੀ ਇੱਥੇ ਹੋ ਗਿਆ ਜੀ ਇੱਕ ਸਾਡਾ ਨੁਕਸਾਨ। ਨੁਕਸਾਨ ਕੀ ਹੋਇਆ ਜੀ? ਤੁਹਾਨੂੰ ਪਤਾ ਇੱਥੇ ਲਾਈ ਸੀ ਮੋਟਰ ਪਾਣੀ ਵਾਸਤੇ, ਜਿੱਥੋਂ ਜਾਣਾ ਸੀ ਫਸਲਾਂ ਨੂੰ ਆਪਣੀਆਂ ਨੂੰ ਪਾਣੀ ਲਾਉਂਦੇ ਹਾਂ, ਪਰ ਇਸ ਟਾਈਮ ਜਾਣਾ ਉਹ ਹੋ ਗਈ ਖਰਾਬ, ਮੋਟਰ ਚਲਾਉਣ ਲੱਗੇ ਹਨ ਅਤੇ ਬੁਰਾ ਨੂੰ ਪਤਾ ਚੱਲਿਆ ਜੀ ਅੰਦਰ 'ਚ ਪਾਣੀ ਪਾਣੀ ਹੋਇਆ ਪਿਆ ਸੀ। ਹੋਰ ਚੈੱਕ ਕਰੋ ਜਿਹੜਾ ਪਾਣੀ ਹੋਈ ਵੀ ਹੈ ਅੱਜ ਅਤੇ ਪੂਰੀ ਜਾਣਾ ਫੁੱਲ ਉਤੂ ਉਤੂ ਤੱਕ ਜਾਣਾ, ਵੇਖੋ ਗਿੱਲੀ ਜਿਹੀ ਹੈ ਮੋਟਰ। ਅਬੂ ਜੀ ਕਿੰਨਾ ਕਿੰਨਾ ਪਾਣੀ ਸੀ ਪਹਿਲਾਂ? ਫੁੱਲ ਹੋਇਆ ਫਿਰ ਕੱਢਿਆ, ਆਪੀ ਸੁੱਕ ਗਿਆ ਤੇ ਤੁਹਾਨੂੰ ਨੀ ਪਤਾ ਅੰਦਰ ਪਾਣੀ ਹੈ? ਮੈਨੂੰ ਕੀ ਪਤਾ ਸੀ ਅੱਗੇ ਕਦੇ ਪਿਆ ਨਹੀਂ ਪਾਣੀ, ਹੁਣ ਕਿਉਂ ਪਿਆ ਗਿਆ? ਇੱਥੇ ਜੇ ਨਾ ਇੱਟਾਂ ਪਈਆਂ ਹਜੇ ਨਾਲ ਤੇ ਪਾਣੀ ਜੇ ਨਾ ਫਿਰ ਵੇਚੀ ਇੱਥੋਂ ਸਿਮ ਸਿਮ ਕੇ ਅੰਦਰ ਜਾਂਦਾ ਰਿਹਾ। ਆ ਬਾਕੀ ਸਫਾਈ ਸਫੂਈ ਜੇ ਨਾ ਆਮ ਹੀ ਨੇ ਕੀਤੀ ਹੈ, ਇੰਨੀ ਵਲੋਗ ਬਣਾਇਆ ਇਹਦਾ, ਬਹੁਤਾ ਬਹੁਤਾ ਵਲੋਗ ਵੇਖਿਆ ਕਰੋ ਜੀ, ਸਬਸਕ੍ਰਾਈਬ ਲੱਖ ਸਬਸਕ੍ਰਾਈਬ ਕਰਾਓ, ਵੇਖਿਆ ਤੇਰੀ ਪ੍ਰਮੋਸ਼ਨ ਕਰ ਦਿੱਤੀ ਆ। ਜਲਦੀ ਜਲਦੀ ਕਰਾ ਦਿਓ ਫਟਾਫਟ, ਫਿਰ ਭਾਈ ਜ਼ਿਆਦਾ ਵੀ ਲੱਖ ਕਰਾਓ ਤੇ ਫਿਰ ਦੋਵੇਂ ਪਲੇ ਬਟਨ ਆਉਣ ਜਲਦੀ ਜਲਦੀ। ਹਾਂ ਤੂੰ ਪੈਸੇ ਦੇਣੇ ਨੀ, ਮੈਂ ਜਿਹੜੀ ਪ੍ਰਮੋਸ਼ਨ ਕੀਤੀ ਪੈਸੇ ਨੀ ਮੈਂ ਦਿੰਦਾ। ਅੱਛਾ ਹਾਂਜੀ, ਮੋਟਰ ਜੇ ਨਾ ਕਿੰਨੇ ਰੁਪਏ ਦੀ ਲਈ ਸੀ ਅਸੀਂ ਤੇ ਹੁਣ ਜੇ ਨਾ ਕਿੰਨੇ ਰੁਪਏ ਦੀ ਹੋਣੀ ਹੈ? ਅਬੂਣਾ ਪੁੱਛਣਾ, ਅਬੂ ਜੀ ਉਦੋਂ ਕਿੰਨੇ ਦੀ ਮੋਟਰ ਲਈ ਸੀ? ਉਦੋਂ ਤਾਂ ਰਿਆਜ਼ ਸੀ, ਉਦੋਂ ਤਾਂ 17,000 ਦੀ ਆਈ ਤੇ ਹੁਣ ਆਏ 40,000-50,000 ਦੀ ਨਹੀਂ ਆਉਂਦੀ। ਨਹੀਂ ਆਉਂਦੀ? ਹਾਂ 40,000-50,000 ਦੀ, ਮਤਲਬ ਇਸ ਟਾਈਮ ਜੇ ਨਾ ਸਾਡਾ ਨੁਕਸਾਨ 40,000-50,000 ਤੱਕ ਹੋਇਆ। ਬਾਕੀ ਜੇ ਨਾ ਅੱਲਾ ਕਰੇ ਸਹੀ ਹੋ ਜਾਏ, ਜੇ ਤਾਂ ਸਹੀ ਹੋ ਗਈ ਇਨਸ਼ਾਲਾ ਤੇ ਫਿਰ ਜਦੋਂ ਘੱਟ ਖਰਚਾ ਹੋਏਗਾ, ਜੇ ਤਾਂ ਨਵੀਂ ਲੈਣੀ ਪੈ ਗਈ ਤੇ ਫਿਰ ਤੇ ਕੰਮ ਖਰਾਬ ਹੋ ਜਾਣਾ ਆਬੂ ਜੀ। ਫਿਰ ਤਾਂ ਬਹੁਤੇ ਪੈਸੇ ਲੱਗਣੇ। ਹੁਣ ਫਿਰ ਇਹਨੂੰ ਕੀ ਕਰਨਾ? ਹੁਣ ਇਹਨੂੰ ਕੱਢ ਬਾਹਰ ਦੇ ਉੱਤੇ ਧਰੀਏ ਗੱਡੀ ਤੇ ਲੈ ਕੇ ਜਾਈਏ ਉਹਦੇ ਕੋਲ ਸਹੀ ਕਰਾਉਣ ਮਕਾਨ ਕੋਲ। ਸਲਾਮ ਅਲੈਕੁਮ। ਚੱਲ ਬੜੀ ਭਾਰੀ ਮੋਟਰ ਜੀ ਹੋਈ ਹੈ। ਚਲੋ ਜੀ ਫਿਰ ਮੋਟਰ ਨੂੰ ਲੈ ਕੇ ਚੱਲੀਏ ਮਕੈਨਿਕ ਕੋਲ, ਵੇਖਦੇ ਹਾਂ ਕੀ ਖਰਚਾ ਹੁੰਦਾ, ਕਿੰਨੇ ਕੁ ਪੈਸੇ ਲੱਗਦੇ ਇਹਨੂੰ ਸਹੀ ਕਰਾਉਣ ਦੇ, ਹੁੰਦੀ ਵੀ ਹੈ ਕਿ ਨਹੀਂ, ਅੱਲਾ ਕਰੇ ਹੋਈਏ ਸਹੀ। ਦੁਕਾਨ ਤੇ ਪਹੁੰਚੇ ਜੇ ਤੇ ਦੁਕਾਨ ਕਿਉਂ ਬੰਦ ਕੀਤੀ ਜੇ? ਪਤਾ ਹੀ ਨਹੀਂ ਕਿੱਥੇ ਗਏ ਨੀ ਘਰ, ਤਾਲਾ ਤੇ ਥੂਲਾ ਹੀ ਆ। ਮੈਂ ਕਿੱਥੇ ਹੋ, ਦੁਕਾਨ ਤੇ ਨਹੀਂ ਹੈ? ਦਸਾਂ ਮਿੰਟਾਂ ਜੇ ਮੋਟਰ ਲੈ ਕੇ ਆਏ ਹਾਂ ਅਸੀਂ। ਚਲੋ ਆਇਓ ਆਉਣ ਲੱਗਾ। ਕੀ ਪੰਗੇ ਲੈਣ ਡੇ ਆ, ਤੈਨੂੰ ਭਾਰੀ ਏ
ਹੁੰਦਾ ਉਹ ਕਿਤੇ ਭਾਈ ਸੁੱਟਣਾ ਦਈ ਅੱਗੇ ਸਾਡਾ ਨੁਕਸਾਨ ਪਤਾ ਨੀ ਕਿੰਨੇ ਦਾ ਭਰਿਆ ਜਾਣਾ ਆਪਣੇ ਆਪਣੇ ਮੁੱਦੇ ਨਾ ਪਵਾ ਲਈ ਤੈਨੂੰ ਵੇਚ ਕਿਵੇਂ ਇਹਦੇ ਪੈਸੇ ਪੂਰੇ ਹੋਣੇ ਆ ਹਾਂਜੀ ਚਾਚੂ ਫੋਨ ਕੀਤਾ ਮਾਝੀ ਨੂੰ ਟੀਕਾ ਲਵਾਉਂਦੇ ਆ ਦਸਾਂ ਮਿੰਟਾਂ ਚ ਆਇਆ ਮੈਂ ਮੋਟਰ ਜਾਣਾ ਬਾਈ ਚਾਚੂ ਨਾਲ ਖੋਲੀਏ ਤੇ ਆ ਵੇਖੋ ਜੀ ਇਹਦੀ ਹਾਲਤ ਚੈੱਕ ਕਰੋ ਪਾਣੀ ਦੇ ਨਾਲ ਜੀ ਹੈ ਨਾ ਆ ਵੇਖੋ ਵਿੱਚ ਮਿੱਟੀ ਵੀ ਵੜ ਗਈ ਜੀ ਚਾਚੂ ਹੁਣ ਇਹਦਾ ਕੀ ਹਾਲ ਜੇ ਮੋਟਰ ਤੇ ਜੇ ਨਾ ਬੈਰੰਗ ਭੈਣੇ ਨੇ ਬਾਕੀ ਜੇ ਨਾ ਧੁੱਪੇ ਰੱਖ ਕੇ ਜੇ ਇਹਨਾਂ ਨੂੰ ਸਾਫ਼ ਕਰਕੇ ਸੁਕਾ ਕੇ ਤੇ ਫਿਰ ਚਲਾ ਕੇ ਚੈੱਕ ਕਰਾਂਗੇ ਸਹੀ ਚੱਲਦੀ ਹੈ ਕਿ ਨਹੀਂ ਕਿਹੜਾ ਬੈਰੰਗ ਲਿਆਉਣਾ 604 ਦਾ ਤੇ 6305 ਦਾ 6305 ਦਾ ਓਕੇ ਹੋ ਗਿਆ ਮੋਟਰ ਜੇ ਨਾ ਖੋਲ ਕੇ ਧੁੱਪੇ ਰੱਖ ਦੀ ਸੀ ਚਾਚੂ ਹੋਰਾਂ ਨੇ ਅੱਲਾ ਕਰੇ ਜੇ ਨਾ ਸਹੀ ਚੱਲ ਜੇ ਬਸ ਹੁਣ ਇੱਥੋਂ ਫਿਰ ਜਿਹਨਾਂ ਲੈਣ ਆਏ ਜੇ ਬੈਰੰਗ ਅਤੇ ਇੱਕ ਜਣਾ ਸੀਲ ਉਹ ਤੇਰੀ ਖੈਰ ਸੀਲ ਜਿਹੀ ਜੇ ਨਾਲ ਜਿਹਨਾਂ ਕਾਬਲੇ ਲਏ ਜੇ ਇੱਕ ਜਿਹਨਾਂ ਬੈਰੰਗ ਇਸ ਦੁਕਾਨ ਤੋਂ ਨਹੀਂ ਲੱਭਾ ਕਿਸੇ ਹੋਰ ਦੁਕਾਨ ਤੋਂ ਜਿਹਨਾਂ ਲਿਆਉਣਾ ਪੈਣਾ ਜਾ ਦੂਸਰਾ ਬੈਰੰਗ ਫਿਰ ਜਿਹਨਾਂ ਦੂਸਰੀ ਦੁਕਾਨ ਤੋਂ ਲੈਣ ਆਏ ਇੱਥੋਂ ਹੀ ਪਤਾ ਨਹੀਂ ਲੱਭਦਾ ਜੇ ਕਿ ਨਹੀਂ ਲੱਭ ਹੀ ਗਿਆ ਜੇ ਮੇਰਾ ਖਿਆਲ ਹਾਂਜੀ ਬੈਰੰਗ ਜਿਹਨਾਂ ਲੈ ਕੇ ਆ ਗਏ ਜੀ ਚਾਚੂ ਜੀ ਹੋਣਾਂ ਕੋਲ ਕਿੰਨੇ ਕੁ ਟਾਈਮ 'ਚ ਹੁਣ ਹੋਏਗੀ ਸਹੀ ਪਿਛਲੇ ਟਾਈਮ ਮੋਟਰ ਜਿਹਨਾਂ ਸਹੀ ਹੋਣ ਵਾਸਤੇ ਦੇ ਦਿੱਤੀ ਹੈ ਅਤੇ ਆਉਂਦੇ ਨੇ ਸੈਕਿੰਡ ਟਾਈਮ ਆ ਕੇ ਜਿਹਨਾਂ ਲੈ ਆਈਓ ਠੰਡੀ ਠੰਡੀ ਕੂਲ ਕੂਲ ਹਵਾ ਚੈੱਕ ਕਰੋ ਅਚਾਨਕ ਹੀ ਆਏ ਨੇ ਕਿਸੇ ਸਾਡੂ ਬਦਲ ਉਹਲੀ ਸਾਈਡ ਤੋਂ ਵੀ ਆ ਗਏ ਨੇ ਉਹਲੀ ਸਾਈਡ ਤੋਂ ਵੀ ਆ ਗਏ ਨੇ ਉਹ ਸਾਈਡ ਤੋਂ ਵੀ ਆ ਗਏ ਵੇਖੋ ਹੁਣ ਮਿਕਸ ਹੋ ਜਾਂਦੇ ਨੇ ਘੁਲ ਗਏ ਨਾ ਤੇ ਫਿਰ ਸਹੀ ਬਾਰਿਸ਼ ਆਏਗੀ ਮੌਸਮ ਤੇ ਚੱਲੋ ਗਰਮੀ ਸੀ ਬੜੀ ਜਿਹਾ ਨਾ ਸੁਬਹਾ ਦੀ ਤੇ ਹੁਣ ਮੌਸਮ ਕੂਲ ਕੂਲ ਹੋਇਆ ਬਾਰਿਸ਼ ਆਉਂਦੀ ਹੈ ਕਿ ਨਹੀਂ ਹੁਣ ਆ ਵੇਖੋ ਸਾਡੀ ਜੇ ਨਾ ਖੋਤੀ ਅਤੇ ਉਹਦਾ ਬੇਬੀ ਜਿਹਦੀ ਮਠਿਆਈ ਵੰਡੀ ਸੀ ਇਹ ਚੈੱਕ ਕਰੋ ਕਿਤੇ ਫਿਰਨ ਡੇ ਹੈ ਨਾ ਅੱਜ ਕੱਲ੍ਹ ਜੇ ਇਹਨੂੰ ਖੁੱਲ੍ਹਿਆਂ ਛੱਡਿਆ ਜਿੱਥੇ ਮਰਜ਼ੀ ਫਿਰਦੀ ਤੁਰਦੀ ਵੀ ਖਾਂਦੀ ਪਈ ਹੈ ਬਸ ਇਹ ਫਿਕਰ ਕੋਈ ਫਰ ਕੇ ਨਾ ਲਾਈਏ ਕਿਉਂਕਿ 4-5 ਦਿਨ ਹੋ ਗਏ ਸਾਡੇ ਪਿੰਡੂ ਜੇ ਨਾ ਖੋਤੀ ਚੁੱਕੀਆਂ ਜਾਣ ਡਈਆਂ ਇੱਕ ਚਾਚੂ ਜੀ ਹੋਈ ਮੇਰੇ ਨਾਜ਼ੀਆਂ 'ਚ ਨਿਕਲ ਗਿਆ ਅੱਬੂ ਜੀ ਦੱਸਣ ਦੇ ਹਨ ਕਿ ਉਹਦੀ ਜਿਹੜਾ ਖੋਤੀ ਗੁਆਚ ਗਈ ਹੈ ਕੋਈ ਚੁੱਕ ਕੇ ਲੈ ਗਿਆ ਟੰਕੀ ਅਤੇ ਉਹ ਲੱਭਦੀ ਹੋਈ ਨਹੀਂ ਪਈ ਪੁਲਿਸ ਥਾਣੇ 'ਚ ਵੀ ਰਿਪੋਰਟ ਕਰਾਈ ਹੈ ਪਰ ਲੱਭਦੀ ਨਹੀਂ ਪਈ ਸਾਨੂੰ ਜਿਹੜਾ ਇਸ ਵਾਸਤੇ ਧਿਆਨ ਰੱਖਣਾ ਪੈਣ ਡਿਆ ਆਪਣੀ ਟੰਕੀ ਦਾ ਅਤੇ ਕੋਠੇ ਚੜ੍ਹ ਕੇ ਮੈਂ ਧਿਆਨ ਰੱਖਣ ਡਿਆ ਇਹਦਾ ਇਹ ਬਾਬਾ ਜੀ ਹੋਈ ਜੇ ਨਾ ਤਕਰੀਬਨ ਪਤਾ ਨਹੀਂ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਕਰਾਣ ਸਾਡੇ ਪਿੰਡ ਲੈ ਕੇ ਆਉਂਦੇ ਜੇ ਸਾਈਕਲ ਦੇ ਉੱਤੇ ਜਿਹਨੂੰ ਦੇ ਜੇ ਨਿੱਕੇ ਨਿੱਕੇ ਆਵਾਜ਼ ਸੁਣਨ ਡੇ ਆ ਅਤੇ ਹਜੇ ਵੀ ਜੇ ਨਾ ਬਾਬਾ ਜੋੜੀ ਮਤਲਬ
ਬਾਰਿਸ਼ ਜੀ ਇਹਨਾਂ ਨਿੱਕੀ ਨਿੱਕੀ ਕਿਨਵੇਂ ਸਟਾਰਟ ਹੋ ਗਈ ਜੀ। ਅਸੀਂ ਤੁਹਾਨੂੰ ਵੇਖੋ ਜੀ, ਮੇਰਾ 1 2 5 ਬਾਹਰ ਹੀ ਖਲੋਤਾ ਸੀ ਅਤੇ ਗਿੱਲਾ ਹੋ ਗਿਆ ਜੀ। ਇਹਨੂੰ ਹੁਣ ਅੰਦਰ ਘਰ ਲੈ ਕੇ ਚੱਲੀਏ। ਉਹ ਬਾਰਿਸ਼ ਆ ਗਈ ਤੁਹਾਨੂੰ ਮੈਂ ਹੋਰੇ ਵਾਹਵਾ ਹੀ ਆਉਣੀ ਹੈ ਅਤੇ ਆਈ ਥੋੜ੍ਹੀ ਹੋਈ ਹੈ। ਚਲੋ ਆ ਗਏ ਆ ਗਏ। ਲਓ ਜੀ ਬਾਈ, ਇੱਥੇ ਜੀ ਅਸੀਂ ਖਲੋਤੇ ਹਾਂ ਸਾਰੇ ਜਣੇ, ਇੱਥੇ ਗੱਲਾਂ ਬਾਤਾਂ ਕਰ ਰਹੇ ਹਾਂ ਅਤੇ ਮੋਟਰ ਵਾਲੇ ਦਾ ਫੋਨ ਆਇਆ ਜੀ। ਮੋਟਰ ਦੇ ਕੇ ਆਏ ਨਾ, ਉਹ ਕਹਿੰਦੇ ਮੋਟਰ ਹੋ ਗਏ ਸਹੀ, ਆ ਕੇ ਜੀ ਇਹਨੇ ਲਾਈ ਮੋਟਰ। ਇਹ ਕਿਹਾ ਵੀ ਮੋਟਰ ਖਰਾਬ ਹੈ, ਇਹਦਾ ਇੰਜਨ ਖਰਾਬ ਹੈ, ਧੂੰਆਂ ਬੜਾ ਮਾਰਦਾ, ਪੁੜਦਾ ਸਹੀ ਹੈ, ਨਸ਼ਾ ਕਰ ਗਿਆ, ਇਹਦਾ ਇੰਜਨ ਬਹਿ ਗਿਆ। ਹੁਣ ਵੇਖੀਏ ਦਾ ਇਹਦੇ ਪਾਸ ਕੋਈ ਕੰਮ ਹੀ ਲੜਨ ਲੱਗ ਪੈਂਦਾ ਸਾਰਿਆਂ ਦੇ ਨਾਲ, ਸੁਸਤੀ ਪਈ ਹੁੰਦੀ, ਨਸ਼ਾ ਕਰਦਾ। ਚਿਕੇਰਾ ਨਾ ਸਸਤਾ ਨਸ਼ਾ ਕਰਨਾ ਦੱਸਦੇ ਅੱਜ, ਇਹ ਜੁੱਤੀਆਂ ਸਿੰਗਦਾ ਆਪਣਾ ਆਪਣਾ ਆ ਬੂਟ ਤੋਂ ਤਾਜੀ ਪਾਏ ਨੇ ਸੰਘਾਲ ਲਈ, ਜਦੋਂ ਵੱਡਣ ਪਏ ਇਹਨੂੰ ਸੰਘਾਲੀਦਾ। ਉਹ ਤੁਸੀਂ ਸੁਣਿਆ ਹੋਣਾ ਕਿ ਕਿਸੇ ਨੂੰ ਮਿਰਗੀ ਪਏ ਨਾ, ਤੈਨੂੰ ਜੁੱਤੀ ਸੰਘਾਈ ਦੀ ਹੈ, ਉਹ ਮਿਸਾਲ ਇਹਦੇ 'ਚ ਲੱਗਦੀ ਹੈ। ਲੱਗਦੀ ਕੀ ਇਹਦੀ ਵਜ੍ਹਾ ਨਾਲ ਮਿਸਾਲ ਬਣੀ ਹੈ ਕਿ ਜਦੋਂ ਇਹਨੂੰ ਮੁੜਗੀ ਇਹਨੂੰ ਮਿਰਗੀ ਪਈ ਨਹੀਂ, ਲੜਨ ਲੱਗ ਪੈਂਦਾ ਅਤੇ ਇਹਨੂੰ ਫਿਰ ਬੂਟ ਸੰਘਾਉਣਾ ਪੈਂਦਾ ਲਾ ਕੇ। ਸਲਾਮ ਅਲੈਕੁਮ। ਵਾਲੇਕੁਮ ਸਲਾਮ ਗਈ ਦਾ। ਬੱਦਲ ਪੈਣ ਦੇ, ਜਾ ਕਿਤੇ ਕਿੱਥੇ ਜਾਵਾਂਗਾ ਤੇ ਬੱਦਲ ਪਏਗਾ, ਉੱਥੇ ਤੁਰ ਜਾਣੇ, ਦੱਸੋ ਕਿਤੇ ਜਾ ਘਰ ਨੂੰ ਕਿਤੇ। ਅੱਬੂ ਜੀ ਕਿੱਥੇ ਜੇ, ਮੈਨੂੰ ਕੀ ਪਤਾ, ਤੇ ਤੁਹਾਨੂੰ ਕੀ ਪਤਾ ਉਹ ਦੱਸ ਦੋ। ਘਰ ਤੇ ਹੈ ਨਹੀਂ ਯਾਰ, ਤੁਸੀਂ ਕਿਤੇ ਫਿਰਦੇ ਪਏ, ਜਾਓ ਕਿਤੇ ਅੰਦਰ ਬਾਬਾ, ਕਿਤੇ ਬੱਦਲ ਪੈਣ ਦੋ ਬਾਹਰ, ਤੁਸੀਂ ਕਿਤੇ ਬਹੁਤ ਜਾ ਕੇ। ਓ ਜਾਓ ਜਾਓ, ਮੈਂ ਆਉਂਦਾ ਪਿਆ ਮੇਰੇ ਕੋਲੋਂ, ਉਹ ਮੇਰੇ ਕੋਲੋਂ ਕੁਝ ਖਾਣ ਲਿਓ, ਬਰਗਰ ਸ਼ਰਗਰ ਕੁਛ ਵਾੜਵਾ ਨਾ ਖਾ ਲਿਓ। ਮੈਂ ਜਿਹੜਾ ਬੁੜਾ ਲੱਭਣ ਡਿਆ ਵਾ, ਅੱਬੂ ਹੋਰਾਂ ਲੈ ਕੇ ਜਾਣਾ ਸੀ ਮੋਟਰ ਲੈਣ ਵਾਸਤੇ, ਅੱਬੂ ਹੋਰੀ ਨੀ ਲੱਭਦੇ ਪਏ ਕਿੱਥੇ ਗਏ ਨੇ, ਚਾਚੂ ਹੋਰੀ ਜਿਹਾ ਇੱਥੇ ਫਿਰਦੇ ਨੇ ਪਏ, ਇਹ ਤਾਂ ਲੱਭਦੇ ਰਹਿੰਦੇ ਨੇ ਸਾਨੂੰ, ਜਿਹੜੇ ਬੰਦੇ ਦੀ ਲੋੜ ਹੈ ਉਹ ਸਾਨੂੰ ਲੱਭਦਾ ਹੀ ਨਹੀਂ। ਜਾਓ ਕਿਤੇ ਨਹਾਓ ਧੋ, ਜਾ ਕੇ ਖੁਸ਼ਬੂ ਖੁਸ਼ਬੂ ਲਾਓ, ਕਿਤੇ ਬੋ ਆਣ ਡਈ ਹੈ ਮੇਰੇ ਕੋਲੋਂ, ਆਹੋ ਤੇ ਜਾਓ ਨਹਾਓ ਤੇ ਤੁਸੀਂ ਨਾ। ਕਿਸੇ ਦਿਨ ਜਾਂ ਚਾਚੂ ਹੋਣਾ ਜਿਹਾ ਨਾ ਫਾਈਟ ਪ੍ਰੈਂਕ ਕਰਾਂਗੇ, ਕਮੈਂਟ ਵਿੱਚ ਦੱਸਿਓ ਕਰੀਏ ਕਿ ਨਾ ਫੇਕ। ਮੈਂ ਬਾਹਰ ਲੱਭਣ ਦਿਆ ਹਾਂ ਅੱਬੂ ਜੀ ਨੂੰ ਤੇ ਅੱਬੂ ਹੋਰੀ ਤੇ ਇੱਥੇ ਨੇ, ਮੈਂ ਅੱਗੇ ਵੇਖ ਕੇ ਗਿਆ, ਇੱਥੇ ਹੈ ਨੀ ਤੁਸੀਂ, ਇੱਥੇ ਜਾਣਾ ਕਿੱਥੇ ਜਾਣਾ, ਮੈਂ ਆਵਾਜ਼ਾਂ ਮਾਰ ਮਾਰ ਕੇ ਗਿਆ। ਅੱਛਾ ਜੀ, ਹਾਂਜੀ, ਉਧਰ ਮੈਂ ਗਿਆ ਖੋਤੀ ਦੇਖਣ ਤੇ ਉਹ ਮੋਟਰ ਵਾਲੇ ਦਾ ਫੋਨ ਆਇਆ ਸਹੀ ਹੋ ਗਈ ਹੈ, ਤੇ ਲੈ ਆਓ ਜਾ ਕੇ ਫਿਰ ਹੋ ਗਈ ਹੈ। ਮੈਂ ਕਿਹਾ ਤੁਸੀਂ ਚੈੱਕ ਕਰ ਕੁਰ ਕੇ ਨਾ ਲਿਆਂਦੇ ਨਾ, ਚੈੱਕ ਕੀ ਕਰਨਾ, ਮੈਂ ਕਿਹੜਾ ਚੈੱਕ ਕਰਨਾ, ਉਹਨੇ ਚੈੱਕ ਕਰਕੇ ਦੇਣੀ, ਚਲਾਵਾ ਕੇ ਉਹਨੂੰ ਪਤਾ ਹੈਗਾ। ਅੱਬੂ ਜੀ ਜਾਣਾ ਖੇਤਾਂ ਵਿੱਚ ਹਲ ਚਲਾਉਣ ਚੱਲੇ ਨੇ, ਫਿਰ ਆਹ ਮਿਸ਼ ਨੂੰ ਲੈ ਕੇ ਜਾਂਦੇ ਹਾਂ, ਮੋਟਰ ਲੈ ਕੇ ਆਉਂਦੇ ਹਾਂ।
ਚਲ ਆ ਜਿਹੜੀ ਮੋਟਰ ਲੈਣ ਕੀ ਗਿਆ ਸੀ ਤੂੰ ਚਲੋ ਫਿਰ ਆਜੋ ਆ ਮਿਸ਼ਨੂੰ ਫਿਰ ਲੈ ਕੇ ਜਾਣਾ ਲੈ ਆਉਂਦੇ ਹਾਂ ਮੋਟਰ ਅੱਜ ਇੱਕ ਬਰਗਰ ਹੀ ਖਵਾ ਦਿਓ ਜਰਾ ਚਲੋ ਫਿਰ ਚਲੋ ਫਿਰ ਬਰਗਰ ਨਹੀਂ ਖਾਈਦਾ ਬਾਰਿਸ਼ ਪਈ ਹੈ ਨਾ ਤੇ ਉਹ ਚੈੱਕ ਕਰੋ ਕਸ਼ਮੀਰ ਦੀਆਂ ਪਹਾੜੀਆਂ ਨਜ਼ਰ ਆਉਣ ਡਈਆਂ ਅੱਜ ਸੜਕ ਉੱਤੇ ਖਲੋ ਕੇ ਜੇ ਨਾ ਸਾਨੂੰ ਵੇਖੋ ਕਸ਼ਮੀਰ ਦੀਆਂ ਪਹਾੜੀਆਂ ਨਜ਼ਰ ਆਉਂਦੀਆਂ ਮੈਂ ਪਿੰਡੂ ਜੇ ਬਾਰਡਰ ਦਾ ਰਾਹ ਖੁੱਲਾ ਹੁੰਦਾ ਨਾ ਹਾਂਜੀ ਰੋਜ਼ ਹੀ ਤੁਰਿਆ ਜਾਣਾ ਸੀ ਕਸ਼ਮੀਰ ਨੂੰ ਸਾਈਕਲ ਲੈ ਕੇ ਆਹੋ ਫਿਰ ਜੇ ਜਾਣਾ ਸੀ ਨੇੜੇ ਥਾਂ ਨੂੰ ਸਾਈਕਲਾਂ ਪਾ ਲੈਣੀਆਂ ਕੰਨੀਆਂ ਨਾ ਹੁਣ ਤੇ ਟੂਰ ਕਰਨਾ ਕਰਨਾ ਸੀ ਤੇ ਟੂਰ ਡੇਲੀ ਪਹਾੜੀਆਂ 'ਚ ਜਾਣਾ ਕਰਨਾ ਸੀ ਅਸੀਂ ਜੇ ਆਣਾ ਖਲੋ ਕੇ ਪਹਾੜੀਆਂ ਵੇਹਨੇ ਪਏ ਹਾਂ ਇੱਥੇ ਜੇ ਚਾਚਾ ਝੋਲੀ ਲੱਭ ਗਏ ਨੇ ਅੰਬ ਖਾਂਦੇ ਅੰਬ ਖਾਂਦੇ ਕਿੱਥੇ ਜਾਣਾ ਜੇ ਬਾਗ ਵਿੱਚ ਫੜੀ ਗਈ ਅੰਬ ਖਾਂਦੇ ਬਾਗ ਵਿੱਚ ਫੜੀ ਗਈ ਚੋਰੀ ਖਾਣ ਡਈ ਚੋਰੀ ਫਰਕਤੀ ਚੋਰੀ ਅੰਬ ਖਾਂਦੀ ਫਰਕਤੀ ਪੀਣਾ ਹੀ ਨਹੀਂ ਪੀਣਾ ਯਾਰ ਕਿਹਾ ਕੁਛ ਚਾਚੂ ਜੋੜੀ ਕਹਿ ਰਹੇ ਨੇ ਬਾਕੀ ਸਾਰੀ ਮੋਟਰ ਠੀਕ ਹੈ ਇਹ ਜਿਹਾ ਕਪੈਸਟਰ ਹੈ ਨਾ ਇਹ ਵੀ ਵੇਖੋ ਜੇ ਨਾ ਖਰਾਬ ਹੋ ਗਿਆ ਤੇ ਇਹ ਨਵਾਂ ਪਾ ਲਓ ਫਿਰ ਬਾਅਦ 'ਚ ਖਰਾਬ ਕਰੇਗੀ ਮੋਟਰ ਕਿਹੜਾ ਲਿਆਇਆ ਕਪੈਸਟਰ ਅੰਬਰ ਦਾ ਲਿਆਉਣਾ 40 ਯੂਐਫ ਦਾ ਓਕੇ ਹੋ ਗਿਆ ਮੋਟਰ ਦਾ ਜਿਹੜਾ ਕਪੈਸਟਰ ਵੀ ਲੈਣ ਦਾ ਜੀ ਹੈਲੋ ਹਾਂਜੀ ਮੋਟਰ ਜਿਹੜਾ ਬਾਈ ਪੈਕ ਹੋ ਗਈ ਹੈ ਫੁੱਲ ਰੈਡੀ ਹੁਣ ਬਸ ਸਟਾਰਟ ਕਰਕੇ ਚੈੱਕ ਕਰਾਂ ਲੈਣਾ ਲਓ ਜੀ ਬਈ ਮੋਟਰ ਜੇ ਹੈਨਾ ਅਲਹਮਦੁਲਿਲਾ ਠੀਕ ਹੋ ਗਈ ਚੱਲ ਗਈ ਹੈ ਕਿੰਨੇ ਪੈਸੇ ਜੋ ਪੈਸੇ ਨਹੀਂ ਤੁਸੀਂ ਦੱਸੋ ਤੁਸੀਂ ਮਿਹਨਤ ਮਜ਼ਦੂਰੀ ਕੀਤੀ ਓਕੇ ਹੋ ਗਿਆ ਮਿਹਰਬਾਨੀ ਜੀ ਚਲੋ ਜੀ ਬਈ ਮੋਟਰ ਲੈ ਕੇ ਚੱਲੀਏ ਉਹਨੂੰ ਘਰ ਨੂੰ ਕਾੜੀ ਜੇ ਵੀਡੀਓ ਵੇਖਣ ਦਿਆ ਤੇ ਅੱਕ ਤੇ ਵੇਖ ਲੈ ਕੰਮ ਪੱਠੇ ਵੱਢਣ ਦਿਆ ਅੱਕ ਗਿਆ ਹੀ ਪੱਠੇ ਵੱਢ ਵੱਢ ਕੇ
ਕਾੜੀ ਵੇਖ ਲੈ ਤੈਨੂੰ ਘਰੋਂ ਕੱਢ ਜਿਹਾ ਉਹ ਕਹਿੰਦਾ ਚੰਗਾ ਗਿਆ ਚਾਚਾ ਤੁਹਾਡੇ ਨਾਲ ਪਹਿਲਾਂ ਆ ਗਿਆ ਅੱਜ ਪਿੰਡ ਵੇਖੋ ਚਾਚਾ ਵੇ ਤੁਰਨ ਗਈ ਜਾ ਯਾਰ ਚਾਚਾ ਤੂੰ ਤੇ ਸਪੀਡ ਮਾਰ ਦਿੱਤੀ ਬੜੀ ਅੱਬੂ ਜੀ ਹੋਰੀ ਆ ਗਏ ਨੇ ਤੇ ਮੋਟਰ ਜਿਹਾ ਫਿਰ ਫਿੱਟ ਕਰਨੇ ਆ ਤੇ ਇਹਨੂੰ ਚਲਾਉਣੇ ਆ ਕਿਉਂਕਿ ਬਾਰਿਸ਼ ਵਾਲਾ ਮੌਸਮ ਹੋਇਆ ਸੀ ਬਾਰਿਸ਼ ਤੇ ਆਈ ਕੋਈ ਨੀ ਇੱਥੇ ਕਿਉਂ ਲੱਗ ਰਹੀ ਇਸ ਲੱਗਣ ਲੱਗੀ ਹੈ ਚਲੋ ਭਾਈ ਅੱਜ ਤਾਂ ਜਿਹਾ ਜਵਾਨਾ ਲਾ ਲਈ ਜੋ ਰੇਸ ਉਹ ਜੀ ਹੈ ਉਹ ਜੀ ਹੈ ਜੀ ਹੈ ਜੀ ਹੈ ਜੀ ਹੈ ਓਏ 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 ਬਸ ਉੱਥੇ ਖਲੋ ਗਏ ਨੇ ਲੱਗਦਾ ਜਾਨ ਜਾਨ ਦੀ ਰੇਸ ਲਾਈ ਜਾਣ 1 2 3 ਗੋ ਕੀ ਕਰਦਾ ਪਿਆ ਓਏ ਉੱਠ ਤਾਂ ਓਏ ਉੱਠ ਤਾਂ ਉੱਠ ਤਾਂ ਉਹ ਤਾਂ ਜਾ ਕੇ ਰੇਸ ਲਾਓ ਇੱਥੇ ਥੜਕੇ ਨਾਲ ਰੇਸ ਲਾਓ ਡਿੱਗ ਪਿਆ ਜੇ ਰੇਸ ਲਾਉਂਦਾ ਬੋਝ ਨਹੀਂ ਲੱਗ ਗਈ ਹੈ ਬੋਝ ਤੇ ਨਹੀਂ ਲੱਗ ਗਈ ਮੰਨ ਲਓ ਤੂੰ ਜਿੱਥੇ ਲੱਗੀ ਆ ਮੰਨ ਲੈ ਮੰਨ ਗੋਡਾ ਰੇਸ ਲਾਈ ਸੀ ਜਵਾਨਾਂ ਨੇ ਇੱਕ ਦੀਆਂ ਤੇ ਬਾਜ਼ੀਆਂ ਲੱਗ ਗਈਆਂ ਪਰ ਬਚ ਗਿਆ ਤੇ ਇੱਕ ਦੀ ਜਿਹੜਾ ਨਾ ਫੇਰ ਲਾਉਣ ਲੱਗਣ ਰੇਸ ਐਂ ਮੈਂ ਕਿਹਾ ਮੇਨ ਰੋਡ ਤੋਂ ਸਾਈਡ ਆ ਕੇ ਤਾਂ ਲਾ ਲਓ ਮੇਨ ਰੋਡ ਜੀ ਨਾਲ ਦੌੜ ਲਾਓ ਵੇਖੋ ਕਿਤੇ ਪਾਰ ਜੀ ਨਾਲ ਥੋੜ੍ਹੀ ਜਿਹੀ ਉਹ ਗਿਆ ਹੋਇਆ ਉਹ ਇੱਟਾਂ ਚੁੱਕ ਕੇ ਰੇਸ ਲਾਉਣ ਡੇ ਹੋਰ ਜੋ ਇੱਟਾਂ ਨਾ ਫੜੋ ਇੱਟਾਂ ਵੀ ਨਾ ਛੇੜੋ ਇੱਟਾਂ ਨਾ ਭੰਨੋ ਤੁਸੀਂ ਜੀਰੂ ਜੀ ਨਾ ਲੋਡੀ ਟਾਈਮ ਦਾ ਵੇਲਾ ਹੁੰਦਾ ਨਾ ਇਹ ਤਾਂ ਬੱਚਿਆਂ ਨੂੰ ਇੱਕ ਜਗ੍ਹਾ ਲੱਭ ਗਈ ਇੱਥੇ ਖੇਡਣ ਵਾਸਤੇ ਅਜੇ ਕੰਮ ਸ਼ਾਮ ਜਿਹਨਾਂ ਨੇ ਨਾ ਸਟਾਰਟ ਕੀਤਾ ਅਤੇ ਬੱਚਿਆਂ ਦਾ ਗਰਾਊਂਡ ਆ ਇਸ ਟਾਈਮ 'ਤੇ ਇੱਥੇ ਸਾਰੇ ਜਣੇ ਆ ਖੇਡਦੇ ਹੁੰਦੇ ਨੇ ਪਹਿਲਾਂ ਸਾਡੇ ਪਿੰਡ ਗਰਾਊਂਡ ਆ ਨਹੀਂ ਕਿਤੇ ਵੀ ਖੇਡਣ ਵਾਸਤੇ ਹੁਣ ਸਾਰੇ ਪਿੰਡ ਦੇ ਬੱਚੇ ਇੱਥੇ ਆ ਜਾਂਦੇ ਨੇ ਇਹ ਤਾਂ ਥੋੜ੍ਹੇ ਨੇ ਇਹਨਾਂ ਨੂੰ ਬਰੇ ਹੁੰਦੇ ਨੇ ਇੱਥੇ ਮੋਟਰ ਜੀ ਨਾ ਬਾਈ ਫਿੱਟ ਤਾਂ ਕਰ ਦਿੱਤੀ ਹੈ ਫਿੱਟ ਕਰਨ ਤੋਂ ਬਾਅਦ ਪਤਾ ਚੱਲਿਆ ਪਿੰਡ 'ਚ ਲੈਟ ਹੀ ਕੋਈ ਨਹੀਂ ਹੈ ਹਰ ਪਾਸੇ ਜਿਹਾ ਨਾ ਵੇਖੋ ਹਨੇਰਾ ਹੀ ਹਨੇਰਾ ਕੋਈ ਬਲਬ ਸ਼ਲਬ ਨਹੀਂ ਬਲਾਂ ਡਿਆ ਕੇ ਇਹਦਾ ਪੂਰਾ ਪਿੰਡ ਇਸ ਟਾਈਮ ਜਿਹਾ ਬੁੱਝਿਆ ਪਿਆ ਲੈਟ ਤੋਂ ਬਗੈਰ ਜਿਹਾ ਨਾ ਕੋਈ ਗੱਲ ਨਹੀਂ ਇਨਸ਼ਾਅੱਲਾ ਜਿਹਾ ਨਾ ਸੋਲਰ ਲੱਗ ਜਾਂਦੇ ਨਾ ਫਿਰ ਜਿਹਾ ਸਾਡਾ ਕੰਮ ਜਿਹਾ ਇਨਸ਼ਾਅੱਲਾ ਸੈੱਟ ਹੋ ਜਾਏਗਾ ਫਾਈਨਲੀ ਜੀ ਰਾਤ ਦਾ ਡਿਨਰ ਆ ਗਿਆ ਜੀ ਚਣੇ ਅਤੇ ਚਾਵਲ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਮੇਰਾ ਖੂਨ ਘੋੜਾ ਮੈਨੂੰ ਨਹੀਂ ਲੜਦਾ ਹਾਂਜੀ ਮੇਰਾ ਖੂਨ ਘੋੜਾ ਮੈਨੂੰ ਮੱਛਰ ਨਹੀਂ ਲੜਦਾ ਨਹੀਂ ਕਿਉਂ ਜਦੋਂ ਨਹੀਂ ਲੜਦਾ ਮੱਛਰ ਦਾ ਹੀ ਲਾ ਕੇ ਦੋ ਰਾਤੀ ਮੱਛਰ ਹੀ ਬੜਾ ਲੜਿਆ ਸੀ ਖੂੜਾ ਘਜੇ ਵੀ ਹੋਣ ਡੀ ਸੁੰਜ ਕੇ ਹੰਡਿਆ ਯਮ ਯਮ ਹੋਏ